ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਆਪਣੇ ਵਰਕਰਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ। ਸੋਸ਼ਲ ਮੀਡੀਆ ਤੇ ਫੈਲ ਰਹੀ ਅਫਵਾਹ ਕਿ ਆਮ ਆਦਮੀ ਪਾਰਟੀ ਚੋਣ ਨਹੀਂ ਲੜੇਗੀ ਉਸ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਚੋਣ ਜ਼ਰੂਰ ਲੜਨਗੇ। ਚੀਜ਼ ਨੂੰ ਪਸੰਦ ਕਰਕੇ ਉਹ ਜੁਆਇਨ ਕਰ ਰਹੇ ਨੇ, ਵੈਲਕਮ ਕਰਦੇ ਹਾਂ ਅਸੀਂ ਉਹਨਾਂ ਦਾ। ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਾਡੀ ਟੀਮ ਹੈ ਉਹ ਅਲੱਗ ਅਲੱਗ ਅਹੁਦਿਆਂ 'ਤੇ ਜਿੰਨੇ ਵੀ ਤਲਵਾਰ ਸਾਹਿਬ ਬੈਠੇ ਨੇ ਜਾਂ ਧਾਲੀਵਾਲ ਸਾਹਿਬ ਬੈਠੇ ਨੇ, ਸਾਡੇ ਕੰਗ ਸਾਹਿਬ ਬੈਠੇ ਨੇ, ਸੋ ਸਾਰੇ ਆਪਣੇ ਆਪਣੇ ਮੋਰਚਿਆਂ ਤੋਂ ਲੱਗੇ ਹੋਏ ਨੇ। ਔਰ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਅਤੇ ਪੰਚਾਇਤੀ ਚੋਣਾਂ ਜ਼ੋਰ ਸ਼ੋਰ ਨਾਲ ਲੜੂਗੀ। ਸਾਡੇ ਨੌਜਵਾਨ ਮੁੰਡਿਆਂ ਨੂੰ ਅੱਜ ਅਸੀਂ ਇਹੀ ਕਹਿ ਕੇ ਸਿੰਬਲ 'ਤੇ, ਕਿਉਂਕਿ ਇਲੈਕਸ਼ਨ ਨਹੀਂ ਲੜੀ ਜਾਂਦੀ ਕਿਸੇ ਵੀ ਪਾਰਟੀ ਵੱਲੋਂ ਪੰਚਾਇਤਾਂ ਦੀ, ਤਾਂ ਪਰ ਤੁਸੀਂ ਪਿੰਡ ਵਾਸਤੇ ਜ਼ਰੂਰ ਲੜੋ, ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲਓ, ਪਿੰਡਾਂ ਦੀ ਪੰਚਾਇਤ ਦਾ ਹਿੱਸਾ ਬਣੋ, ਤਾਂ ਕਿ ਆਪਾਂ ਜਿਹੜਾ ਲੋਕਤੰਤਰ ਹੈ ਉਹਨੂੰ ਬਿਲਕੁਲ ਪਿੰਡ ਲੈਵਲ ਤੱਕ ਲੈ ਕੇ ਜਾ ਸਕੀਏ। ਚੰਗੇ ਬੰਦੇ ਮੈਂਬਰ ਬਣਨ, ਚੰਗੇ ਬੰਦੇ ਸਰਪੰਚ ਬਣਨ, ਤਾਂ ਪਿੰਡ ਤਰੱਕੀ ਕਰਨਗੇ। ਅੱਜ ਵਰਕਰ ਮੀਟਿੰਗ ਸੀ ਅਤੇ ਨਾਲ ਤੁਹਾਡੇ ਨਾਲ ਰੂਬਰੂ ਹੋ ਗਏ, ਤਾਂ ਉਸ ਤੋਂ ਬਾਅਦ ਮੈਂ ਹੁਣ, ਕਿਉਂਕਿ ਪਾਰਲੀਮੈਂਟ ਚੱਲ ਰਹੀ ਹੈ, ਮੈਂ ਦਿੱਲੀ ਜਾਊਂਗਾ। ਅੱਜ ਮੈਂ ਉਹਨੂੰ ਸੈਸ਼ਨ ਨਹੀਂ ਕਹੂੰਗਾ, ਤਾਂ ਅੱਧਾ ਦਿਨ ਵੈਸੇ ਹੀ ਆਏ ਸੀਗੇ ਆਪਦੀਆਂ ਤਨਖਾਹਾਂ ਵਧਾ ਕੇ ਜ਼ਿੰਦਾ ਲਾ ਕੇ ਚਲੇ ਗਏ, ਉਹਨੂੰ ਸੈਸ਼ਨ ਨਹੀਂ ਕਹੂੰਗਾ ਮੈਂ। ਇਤਿਹਾਸ ਜਿਹੜਾ ਹੈ, ਇਤਿਹਾਸ ਦੇ ਵਿੱਚ ਸਭ ਤੋਂ ਛੋਟਾ ਸੈਸ਼ਨ ਹੈ, ਇਦੋਂ ਪਹਿਲਾਂ ਇੱਦਾਂ ਇਦੋਂ ਛੋਟਾ ਸੈਸ਼ਨ ਨਹੀਂ ਹੋਇਆ। ਕਹਿੰਦੇ ਸਾਡੇ ਕੋਲ ਮੁੱਦੇ ਹੈ ਨਹੀਂ ਡਿਸਕਸ ਕਰਨ ਲਈ, ਫਿਰ ਕਿਸਾਨਾਂ ਦੀਆਂ ਖੁਦਕੁਸ਼ੀਆਂ, ਫਿਰ ਗੰਨਾ ਉਤਪਾਦਕਾਂ ਦਾ ਜਿਹੜਾ ਪੈਸਾ ਹੈ, ਮਿੱਲਾਂ ਦੱਬੀ ਬੈਠੀਆਂ ਨੇ, ਜਦਕਿ ਮਿੱਲਾਂ ਸਾਰੀਆਂ ਲੀਡਰਾਂ ਦੀਆਂ ਨੇ। ਫਿਰ SC ਬੱਚਿਆਂ ਦਾ ਜਿਹੜਾ ਪੋਸਟ ਮੈਟ੍ਰਿਕ ਅਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਹੈ, ਵਜ਼ੀਫੇ, ਉਹ ਕੋਈ ਮੁੱਦੇ ਨਹੀਂ ਮੰਨਦੇ ਇਹ। ਆ ਜਿਹੜੀਆਂ ਗੋਲੀਆਂ ਚੱਲਦੀਆਂ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਰੋਜ਼, ਅਮਨ ਕਾਨੂੰਨ ਦੀ ਸਥਿਤੀ ਨੂੰ, ਲਾਅ ਐਂਡ ਆਰਡਰ ਨੂੰ ਮੁੱਦੇ ਨਹੀਂ ਮੰਨਦੇ ਇਹ। ਇਹਦਾ ਮਤਲਬ ਇਹ ਹੈ ਕਿ ਲੋਕਾਂ ਦੇ ਮੁੱਦਿਆਂ ਤੋਂ ਇਹ ਸਰੋਕਾਰ ਹੀ ਨਹੀਂ ਰਿਹਾ ਇਹਨਾਂ ਦਾ। ਪੰਚਾਇਤੀ ਇਲੈਕਸ਼ਨ 'ਚ ਕਿੰਨੇ ਕੁ ਕੈਂਡੀਡੇਟ ਹੈਗੇ ਆਪਣੇ ਜੀ? ਲਗਭਗ ਹਰ ਪਿੰਡ 'ਚ ਮੈਂਬਰ ਸਰਪੰਚ ਸਾਡੇ ਮੁੰਡੇ ਖੜ੍ਹੇ ਹੋਣਗੇ, ਯੰਗ ਮੁੰਡੇ। ਔਰ ਮੈਂ ਚਾਹੁੰਦਾ ਕਿ ਜਿਹੜੇ ਸਰਪੰਚ ਨੇ ਉਹ ਪਿੰਡਾਂ ਦੇ ਸਰਪੰਚ ਬਣਨ, ਪਾਰਟੀ ਦੇ ਉਹਨਾਂ ਕਿਸੇ ਦੇ ਬਣਨ, ਜਦੋਂ ਪਿੰਡ ਦਾ ਮਾਮਲਾ ਹੋਵੇ ਤਾਂ ਉਹ ਸਾਰਾ ਪਿੰਡ ਇਕੱਠਾ ਹੋਣਾ ਚਾਹੀਦਾ। ਮਾਨ ਸਾਹਿਬ, ਤੁਸੀਂ ਵਿਧਾਨ ਸਭਾ ਸੈਸ਼ਨ ਦੀ ਗੱਲ ਕੀਤੀ, ਜਦੋਂ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਦਾ ਛੋਟਾ ਜਿਹਾ ਸੈਸ਼ਨ ਹੁੰਦਾ ਸੀ ਤੇ ਕਾਂਗਰਸ ਸੀ ਇਸ ਦਾ ਵਿਰੋਧ ਕਰਦੇ ਸੀ। ਦੇਖੋ ਫਿਰ ਹੁਣ ਕਾਂਗਰਸ ਸਰਕਾਰ ਦੇ ਵਿੱਚ ਹੈ ਤੇ ਅਕਾਲੀ ਦਲ ਵਿਰੋਧ ਕਰਦਾ, ਇਹ ਲੋਕਾਂ ਦਾ ਇਹਦੇ ਵਿੱਚ ਕਿੱਥੇ ਫਾਇਦਾ ਹੁੰਦਾ? ਦੇਖੋ ਗੱਲ ਇਹ ਹੈ, ਇਹ ਮੈਂ ਤਾਂ ਇਸ ਗੱਲ ਦਾ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ ਤਾਂ ਘੱਟੋ ਘੱਟ ਜਿਹੜੇ ਕੰਮ ਵਾਸਤੇ ਉਹ ਚੁਣੇ ਨੇ ਉਹ ਤਾਂ ਜੇ ਇੱਕ ਮਹੀਨੇ ਦਾ ਵੀ ਰੱਖੋਗੇ ਤਾਂ ਵੀ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਘੱਟ ਨਹੀਂ ਹੋਣੇ, ਤਾਂ ਵੀ ਪੰਜਾਬ ਦੇ ਮਸਲੇ ਡਿਸਕਸ਼ਨ ਵਾਸਤੇ ਬਚ ਜਾਣਗੇ ਜੇ ਮਹੀਨੇ ਦਾ ਸੈਸ਼ਨ ਵੀ ਹੋਵੇ। ਇਹ ਕਹਿੰਦੇ ਜੀ ਇੱਕ ਅੱਧੇ ਦੇ ਵਿੱਚ ਕੰਮ ਖਤਮ ਕਰ ਲਾਂਗੇ, ਨਾ MLA ਕੋਲ ਕੋਈ ਫੰਡ ਹੈ, ਨਾ ਹੀ ਕੋਈ ਵਿਧਾਨ ਸਭਾ 'ਚ ਬੋਲਣ ਵਾਸਤੇ ਕੋਈ ਟਾਈਮ ਹੈ, ਤਾਂ ਫਿਰ ਉਹ ਕਾਹਦੇ ਵਾਸਤੇ ਚੁਣੇ ਹੋਏ ਨੇ? ਫਿਰ ਤਨਖਾਹਾਂ ਕਾਹਦੇ ਵਾਸਤੇ ਵਧਾਈ ਜਾਂਦੇ ਉਹਨਾਂ ਦੇ? ਇੰਨੀ ਕੁ ਨਾਲ ਵੀ ਠੀਕ ਹੀ ਹੈ ਜੋ ਵਿਹਲੇ ਹੀ ਨੇ ਜਦੋਂ। ਸੋ ਇਸ ਕਰਕੇ ਮੈਂ ਕਹਿੰਦਾ ਕਿ ਸੈਸ਼ਨ ਜਿਹੜਾ ਲੰਬਾ ਹੋਣਾ ਚਾਹੀਦਾ, ਡਿਸਕਸ ਹੋਣਾ ਚਾਹੀਦਾ, ਲਾਈਵ ਹੋਣਾ ਚਾਹੀਦਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਾਡਾ MLA ਕੀ ਬੋਲ ਰਿਹਾ। ਉਸ ਦਿਨ ਲਾਈਵ ਹੋਇਆ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ, ਲੋਕਾਂ ਨੂੰ ਉਦੋਂ ਪਤਾ ਲੱਗਿਆ ਕਿ ਯਾਰ ਕੀ ਹੁੰਦਾ ਇਹ, ਦੱਸਤਾ ਦਿਓ ਨਾ ਲੋਕਾਂ ਨੂੰ, ਵੋਟਾਂ ਲੈਣ ਆਉਣ ਉੱਥੇ ਭੇਜੋ, ਸਾਨੂੰ ਉੱਥੇ ਭੇਜੋ। ਪਾਰਲੀਮੈਂਟ ਦਾ ਸੈਸ਼ਨ ਹੈ, ਮਹੀਨਾ ਡੇਢ ਮਹੀਨਾ ਚੱਲਦਾ, ਪਤਾ ਤਾਂ ਲੱਗਦਾ ਕੌਣ ਕੌਣ ਬੋਲਦੇ ਨੇ, ਲਾਈਵ ਚੱਲਦਾ ਲੋਕ ਸਭਾ TV 'ਤੇ। ਸੋ ਆਉਣਾ ਚਾਹੀਦਾ ਜੀ, ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਨੇ ਹੁਣ ਦਸਤਕ ਹੋਣ ਵਾਲੀ, ਉਹਨਾਂ ਦੀ ਕੀ ਮੁੱਦੇ ਰਹਿਣਗੇ? ਮੁੱਦੇ ਤਾਂ ਉਹੀ ਨੇ ਜੀ, ਕੋਈ ਮੁੱਦਾ ਖਤਮ ਕੀਤਾ ਹੋਵੇ ਤਾਂ ਮੈਨੂੰ ਦੱਸੋ। ਡਰੱਗ ਮਾਫੀਆ ਉਵੇਂ ਜਿਵੇਂ ਚੱਲ ਰਿਹਾ, ਰੇਤ ਮਾਫੀਆ ਉਵੇਂ ਜਿਵੇਂ ਚੱਲ ਰਿਹਾ, ਕਰਪਸ਼ਨ ਉਵੇਂ ਜਿਵੇਂ ਚੱਲ ਰਹੀ ਹੈ, ਬੱਸ ਮਾਫੀਆ ਉਵੇਂ ਜਿਵੇਂ ਚੱਲ ਰਿਹਾ, ਕੇਬਲ ਮਾਫੀਆ ਉਵੇਂ ਜਿਵੇਂ ਚੱਲ ਰਿਹਾ, ਕਿਹੜੀ ਚੀਜ਼ ਹੋ ਗਈ ਜਿਹੜੀ ਬੰਦ ਹੋ ਗਈ ਇਹਨਾਂ ਦੇ ਆਏ 'ਤੇ? ਬਸ ਫਰਕ ਇੰਨਾ ਕੁ ਪੈ ਗਿਆ। ਦੇਖੋ ਵਿਰੋਧ ਬੇਰੁਜ਼ਗਾਰੀ ਦੇ ਮਾਰੇ ਵੀ ਉਹੀ ਨੇ, ਮੁਰਦਾਬਾਦ ਦੇ ਨਾਰੇ ਵੀ ਉਹੀ ਨੇ, ਖੁਦਕੁਸ਼ੀ ਦੀ ਖੁਦਕੁਸ਼ੀਆਂ 'ਚ ਸਾੜਨ ਵਾਲੀਆਂ ਅੱਗਾਂ ਵੀ ਉਹੀ ਨੇ, ਲੈਣ ਵਾਲੀਆਂ ਚੁੰਨੀਆਂ ਵੀ ਉਹੀ ਨੇ, ਢਹਿਣ ਵਾਲੀਆਂ ਪੱਗਾਂ ਵੀ ਉਹੀ ਨੇ, ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ, ਪੁਲਿਸ ਵਾਲੇ ਵੀ ਉਹੀ ਨੇ, ਡੰਡੇ ਵੀ ਉਹੀ ਨੇ। ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ। ਪਿਛਲੇ 2.5 ਸਾਲ ਤੋਂ ਕੁਛ ਨਹੀਂ ਬਦਲਿਆ, ਸਿਰਫ ਇੱਕੋ ਹੀ ਚੀਜ਼ ਬਦਲੀ ਹੈ, ਪਹਿਲਾਂ ਲੋਕ ਕੁੱਟ ਖਾਣ ਬਠਿੰਡੇ ਜਾਂਦੇ ਸੀ, ਹੁਣ ਪਟਿਆਲੇ ਜਾਣਾ ਪੈਂਦਾ। ਜੇ ਕੁਛ ਟਕਸਾਲੀ ਹੈਗੇ ਨੇ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਆਪਣਾ ਨਵਾਂ ਇੱਕ ਪਾਰਟੀ ਸਥਾਪਿਤ ਕਰਨ ਜਾ ਰਹੇ ਨੇ, ਕੀ ਇੰਪੈਕਟ ਪਏਗਾ ਆਲ ਓਵਰ ਪੰਜਾਬ ਦੀ ਜਿਹੜੀ ਪੋਲਿਟਿਕਸ 'ਤੇ ਹੈਗੀ? ਇਹ ਤਾਂ ਜੀ ਜਿਹੜਾ ਲੋਕ ਦੱਸਣਗੇ ਜੀ, ਪਰ ਹੱਕ ਹੈ ਹਰੇਕ ਨੂੰ, ਡੈਮੋਕਰੈਟਿਕ ਰਾਈਟ ਹੈ, ਕਿਉਂਕਿ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਕੁਰਬਾਨੀਆਂ ਵਾਲੀ, ਸ਼ਹੀਦਾਂ ਵਾਲੀ ਜਮਾਤ ਸੀ, ਪਰ ਹੁਣ ਇਹਨਾਂ ਨੇ ਸਿਰੋਂ ਮੁੰਨੀ ਅਕਾਲੀ ਦਲ ਬਣਾ ਲਈ, ਔਰ ਹੁਣ ਸ਼੍ਰੋਮਣੀ ਨਹੀਂ ਹੈਗੀ ਇਹ, ਅਤੇ ਹੁਣ ਤਾਂ ਸੌਦੇਬਾਜ਼ ਆ ਗਏ, ਇਹ 'ਚ ਦਲਾਲ ਆ ਗਏ, ਇਹ 'ਚ ਏਜੰਟ ਆ ਗਏ, ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗੂ ਚਲਾਉਂਦੇ ਨੇ। ਟਕਸਾਲੀ ਜਿਹੜੇ ਦੁਖੀ ਹੋ ਗਏ, ਜਿਹੜੇ 1960-62-65 ਤੋਂ ਮੋਰਚੇ ਲਾ ਕੇ ਅਤੇ ਜੇਲ੍ਹਾਂ ਕੱਟਦੇ ਆਏ ਨੇ, ਉਹ ਉਹਨਾਂ ਦਾ ਲਾਵਾ ਫੁੱਟ ਗਿਆ।
ਸਾਡੀ ਪਾਰਟੀ ਦਾ ਜਿਹੜਾ ਜੇ ਕੋਈ ਪਾਲਿਸੀਜ਼ ਨੂੰ ਪਸੰਦ ਕਰਦੇ ਤਾਂ ਕਰਾਂਗੇ। ਇਹ ਆਮ ਆਦਮੀ ਪਾਰਟੀ ਵੀ ਕੁਝ ਜ਼ਿਆਦਾ ਠੀਕ ਨਹੀਂ ਚੱਲ ਰਿਹਾ, ਖੈਰ ਆਪਣੀ ਬੋਲੀ ਬੋਲ ਰਹੇ ਹੋ, ਕੁਝ ਪਲੇਟਫਾਰਮ ਕੁਝ ਸਹੀ ਨਹੀਂ ਚੱਲ ਰਿਹਾ, ਕਿਸ ਤਰ੍ਹਾਂ ਲੜੋਗੇ ਲੋਕ ਸਭਾ ਚੋਣਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਹੋਏਗੀ? ਦੇਖੋ ਪਾਰਟੀ ਵੱਡੀ ਹੁੰਦੀ ਹੈ ਜੀ, ਵਿਅਕਤੀ ਵੱਡਾ ਨਹੀਂ ਹੁੰਦਾ, ਪਹਿਲਾਂ ਵੀ ਕਹਿ ਚੁੱਕੇ। ਸੋ ਪਾਰਟੀ ਜਿਹੜੀ ਆ ਉਹ ਸੰਸਥਾ ਹੈ, ਸੰਸਥਾ ਵੱਡੀ ਹੁੰਦੀ ਹੈ। ਪਾਨ ਸਾਹਿਬ, ਕਾਂਗਰਸ ਤੋਂ ਸਤਾਏ, ਅਕਾਲੀਆਂ ਤੋਂ ਸਤਾਏ ਲੋਕਾਂ ਨੇ ਆਪ ਨੂੰ ਪਸੰਦ ਕੀਤਾ, ਬਹੁਤ ਸਾਰੇ ਜਿਹੜੇ ਉਮੀਦਵਾਰ ਜਿਤਾਏ, ਪਰ ਆਪ ਦੀ ਖਾਨਾ ਚੰਗੀ ਜਿਹੜੀ ਹੈ, ਖੁਦ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਨੀ ਬੰਦ ਹੁੰਦੀ, ਲੋਕਾਂ ਨੂੰ ਇਹਦਾ ਕਿੱਥੇ ਫਾਇਦਾ? ਲੋਕ ਤਾਂ ਫਿਰ ਜਿਹੜਾ ਠੱਗਿਆ ਮਹਿਸੂਸ ਕਰ ਰਹੇ ਨੇ। ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਜੀ, ਵਿਧਾਨ ਸਭਾ 'ਚ ਪਾਰਟੀ ਜਿਹੜੀ ਹੈ ਆਪਣੀ ਡਿਊਟੀ ਨਿਭਾ ਰਹੀ ਹੈ, ਲੋਕ ਸਭਾ ਦੇ ਵਿੱਚ ਅਸੀਂ ਵਿਰੋਧੀ ਧਿਰ ਦੀ ਡਿਊਟੀ ਨਿਭਾ ਰਹੇ ਹਾਂ। ਸੜਕਾਂ 'ਤੇ ਜਿੱਥੇ ਜ਼ੁਲਮ ਹੁੰਦਾ ਤੁਸੀਂ ਦੇਖਦੇ ਹੋਵੋਗੇ, ਇਹਨਾਂ ਨੇ ਵੀ ਪਿੱਛੇ ਇਹ ਕੀਤਾ ਸੀਗਾ ਧਰਨਾ ਪ੍ਰਦਰਸ਼ਨ। ਜਦੋਂ ਵੀ ਕਿਤੇ ਜ਼ੁਲਮ ਹੁੰਦਾ ਸਾਡੀ ਪਾਰਟੀ ਜਿਹੜੀ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਹੈ, ਵਿਰੋਧੀ ਧਿਰ ਦਾ ਕੰਮ ਹੁੰਦਾ ਚੌਕੀਦਾਰ ਵਾਂਗੂ ਨਿਗਾਹ ਰੱਖਣਾ, ਜਾਗਦੇ ਰਹੋ ਦਾ ਹੋਕਾ ਦੇਣਾ, ਉਹ ਦੇ ਰਹੇ ਹਾਂ। ਬਾਕੀ ਉਹ ਸਾਡੀ ਜਿਹੜੀ ਇੰਟਰਨਲ ਪ੍ਰੋਬਲਮ ਆ ਹੋ ਜੂਗੀ ਹੱਲ, ਤੁਸੀਂ ਬੜੀ ਜਲਦੀ ਦੇਖ ਲਓਗੇ। ਲੋਕਾਂ ਦਾ ਕਿਉਂ ਵਿਸ਼ਵਾਸ ਜਿੱਤੋਗੇ ਹੁਣ ਅਗਲੀਆਂ ਚੋਣਾਂ ਦੇ ਵਿੱਚ? ਲੋਕ ਮਤਲਬ ਗਰੰਟੀ ਹੈ ਵੀ ਅੱਗੇ ਤੋਂ ਨਹੀਂ ਲੜਨਗੇ ਆਪਸ ਵਿੱਚ? ਗਰੰਟੀ ਤਾਂ ਭਾਜੀ ਕੱਲ੍ਹ ਦੀ ਵੀ ਨਹੀਂ ਹੈਗੀ ਆਪਾਂ ਨੂੰ, ਇਸ ਜ਼ਮਾਨੇ 'ਚ ਗਰੰਟੀ ਦੀ ਉਮੀਦ ਕਰਦੇ? ਪਰ ਲੋਕ ਤਾਂ ਵਿਸ਼ਵਾਸ, ਲੋਕਾਂ ਕੋਲ ਜਾਵਾਂਗੇ ਅਸੀਂ, ਐਫਰਟ ਕਰਾਂਗੇ ਆਪਦੇ ਵੱਲੋਂ, ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਮਾਲਕ ਲੋਕਤੰਤਰ 'ਚ ਲੋਕ ਨੇ। ਦੇਖੋ ਭਵਿੱਖ ਬਾਰੇ ਤਾਂ ਕੋਈ ਦੱਸ ਨਹੀਂ ਸਕਦਾ, ਪਰ ਇੰਨਾ ਕਹਿ ਕੇ ਲੋਕ ਜਿਹੜੇ ਨੇ ਦੋਨਾਂ ਪਾਰਟੀਆਂ ਤੋਂ ਦੁਖੀ ਨੇ, ਕਾਂਗਰਸ ਨੇ ਵਾਅਦੇ ਨਹੀਂ ਪੂਰੇ ਕੀਤੇ ਅਤੇ ਕਰ ਅਤੇ ਅਕਾਲੀ ਦਲ ਵੈਸੇ ਗੁਰੂ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਨਫ਼ਰਤ ਦਾ ਪਾਤਰ ਬਣ ਗਿਆ। ਸੋ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਹੈ, ਔਰ ਸਾਨੂੰ ਵੀ ਇਹ ਪਤਾ ਹੈ ਕਿ ਸਾਡੀ ਜ਼ਿੰਮੇਵਾਰੀ ਵੱਧ ਜਾਣੀ ਹੈ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰੀਏ ਅਤੇ ਉਹਨਾਂ ਨੂੰ ਇਹ ਦੱਸੀਏ ਕਿ ਆ ਜਾਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ। ਟੱਕਰ ਕਿੰਨਾ ਹੋਏਗੀ ਜੀ, ਬੀਜੇਪੀ ਨੇ ਜਾਂ ਕਾਂਗਰਸ ਨਾਲ ਜ਼ਿਆਦਾ ਟੱਕਰ ਹੋਏਗੀ ਆਮ ਆਦਮੀ ਪਾਰਟੀ? ਅਸੀਂ ਇਹ ਨਹੀਂ ਸਮਝਦੇ ਜੀ ਟੱਕਰ ਕਿਹਦੇ ਨਾਲ, ਸਾਰੀ ਟੱਕਰ ਕਰਪਸ਼ਨ ਨਾਲ ਹੈ, ਸਾਡੀ ਟੱਕਰ ਮਾਫੀਆ ਰਾਜ ਨਾਲ ਹੈ, ਸਾਡੀ ਟੱਕਰ ਇਹਨਾਂ ਭਾਈ ਭਤੀਜਾਵਾਦ ਨਾਲ ਹੈ, ਸਾਡੀ ਟੱਕਰ ਇਹਨਾਂ ਦੀ ਨੂਰਾ ਕੁਸ਼ਤੀ ਨਾਲ ਹੈ, ਠੀਕ ਹੈ ਨਾ? ਤੁਸੀਂ, ਤੁਹਾਡੀ ਕੋਈ ਪਾਰਟੀ ਨੇ ਲੋਕਾਂ ਦਾ ਇਸ਼ੂ ਕੋਈ ਉਠਾਇਆ ਤਾਂ ਹੈ ਨਹੀਂ ਜੀ, ਜੈਸੇ ਪੈਟਰੋਲ ਦੇ ਰੇਟਸ ਇੰਨੇ ਵਧੇ, ਹੁਣ ਕਿੱਥੇ ਕਿੱਥੇ ਉਠਾਈਏ ਜੀ? ਕਦੇ ਤੁਸੀਂ ਉਠਾਇਆ ਨਹੀਂ ਲੋਕਾਂ ਦਾ, ਸਾਰ ਸਾਹਮਣੇ ਨਹੀਂ ਆਇਆ? ਤੁਸੀਂ ਕਦੇ ਲੋਕ ਸਭਾ ਟੀਵੀ ਸੁਣੇ? ਨਹੀਂ, ਤੁਸੀਂ ਦੇਖੋ ਜਿਵੇਂ ਪੈਰਿਸ ਦੇ ਵਿੱਚ ਪੈਟਰੋਲ ਰੇਟ ਵਧੇ, ਲੋਕਾਂ ਨੇ ਗੱਡੀਆਂ ਸਾਹਮਣੇ ਆਏ, ਗੱਡੀਆਂ ਖੜਦੀਆਂ, ਇਫ ਯੂ ਆਰ ਸੇਇੰਗ ਕਿੱਥੇ ਉਠਾਈਏ? ਵਿਧਾਨ ਸਭਾ ਦਾ ਚੱਲਣ ਨਹੀਂ ਦਿੰਦੇ, ਅੱਧੇ ਦਿਨ ਦਾ ਸੈਸ਼ਨ ਹੈ ਪਾਰਲੀਮੈਂਟ 'ਚ, ਮੈਂ ਹਰ ਰੋਜ਼ ਬੋਲਦਾ, ਜਦੋਂ ਮਰਜ਼ੀ ਦੇਖ ਲਿਓ। ਮੈਂ ਅਸੀਂ ਮੰਗ ਕਰ ਰਹੇ ਹਾਂ, ਮੈਂ ਪਿਛਲੇ ਸੈਸ਼ਨ 'ਚ ਕਿਹਾ ਕਿ ਜੇ ਤੁਸੀਂ ਪੈਟਰੋਲ GST ਅੰਡਰ ਕਿਉਂ ਨਹੀਂ ਲੈ ਕੇ ਆਉਂਦੇ? ਤੁਸੀਂ ਆਲ ਟਾਈਮ ਲੋ ਕਰਤਾ ਡਾਲਰ ਦੀ ਕੀਮਤ, ਕਹਿ ਕੇ ਆਏ ਸੀਗੇ ਬਹੁਤ ਹੋ ਗਈ ਮਹਿੰਗਾਈ ਕੀ ਮਾਰ, ਅਬ ਕੀ ਵਾਰ ਬੀਜੇਪੀ ਸਰਕਾਰ, ਦੇਖੋ ਤੁਸੀਂ ਅੱਜ ਤੇਲ ਦੀ ਕੀਮਤ ਕਿੱਥੇ ਜਾ ਰਹੀ ਹੈ, ਜਿਸ ਵੇਲੇ ਬੈਰਲ ਦੀ ਕੀਮਤ ਜਿਹੜੀ ਘੱਟ ਸੀ ਉਸ ਵੇਲੇ 50 ਤੋਂ 60 ਰੁਪਏ ਸੀ ਕੀਮਤ, ਅੱਜ ਬੈਰਲ ਦੀ ਕੀਮਤ ਹੋਰ ਵੀ ਘੱਟ ਗਈ ਪਰ ਬੈਰਲ ਕੱਚੇ ਤੇਲ ਦੀ, ਹੁਣ ਤੁਸੀਂ 90 ਨੂੰ ਟੱਚ ਕਰ ਰਹੇ ਹਾਂ। ਸੋ ਇਹ ਤਾਂ ਵੱਡਿਆਂ ਅੰਬਾਨੀਆਂ ਅੰਡਾਨੀਆਂ ਦੀ ਸਰਕਾਰ ਹੈ ਜੀ, ਇਹ ਮੈਂ ਹਰ ਰੋਜ਼ ਬੋਲਦਾ ਸੀ। ਇਲੈਕਸ਼ਨ ਦੇ ਮੱਦੇਨਜ਼ਰ ਹੁਣ ਇਲੈਕਸ਼ਨ ਕੋਲ ਆਣਗੇ, ਉਦੋਂ GST ਅੰਡਰ ਲਿਆਂਦਾ ਜਾਵੇਗਾ, ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ? ਤੁਸੀਂ ਦੇਖੋ ਕੋਈ ਇਹਨਾਂ ਨੇ ਸੰਵਿਧਾਨਿਕ ਸੰਸਥਾ ਕੰਸਟੀਟਿਊਸ਼ਨਲ ਇੰਸਟੀਟਿਊਸ਼ਨ ਛੱਡਿਆ ਨਹੀਂ ਜਿੱਥੇ ਇਹਨਾਂ ਨੇ ਇੰਟਰਫੇਅਰ ਨਾ ਕੀਤਾ ਹੋਵੇ। ਸੁਪਰੀਮ ਕੋਰਟ ਉੱਥੇ ਲੜਾਈ ਪਵਾਤੀ, CBI ਉੱਥੇ ਲੜਾਈ ਪਵਾਤੀ ਡਾਇਰੈਕਟਰਾਂ ਦੀ, RBI ਉਹਦਾ ਗਵਰਨਰ ਅਸਤੀਫਾ ਦੇ ਗਿਆ ਕਿਉਂਕਿ ਉਹ ਤੋਂ ਜਿਹੜਾ ਰਿਜ਼ਰਵ ਪਿਆ ਉਸ ਪੈਸੇ 'ਚੋਂ 3 ਲੱਖ ਕਰੋੜ ਰੁਪਇਆ ਮੰਗਦੇ ਸੀ। ਰਾਫੇਲ ਦੀ ਕੀਮਤ ਤਾਂ ਦੱਸ ਦੇਣ ਕਿੰਨੀ ਹੈ, ਕੀਮਤ ਕਿਉਂ ਨਹੀਂ ਦੱਸਦੇ? ਅਸੀਂ ਕਹਿੰਦੇ APC ਬਣਾਓ, ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਓ, ਉਹ ਤੋਂ ਬਾਅਦ ਪਤਾ ਲੱਗ ਜੂਗਾ ਰਾਫੇਲ 'ਚ ਕੀ ਕੀਤਾ। ਸੋ ਇਸ ਕਰਕੇ ਇਹ ਜੁਮਲਾਬਾਜ਼ੀ ਵਾਲੀ ਸਰਕਾਰ ਹੈ, ਜੇ ਜ਼ਿਆਦਾ ਦੇਰ ਨਹੀਂ ਚੱਲੀ, ਆਹ 3 ਸੂਬਿਆਂ 'ਚ ਪਤਾ ਲੱਗ ਗਿਆ ਨਾ, ਲੋਕ ਕਹਿੰਦੇ ਰਾਮ ਰਾਮ। ਇਹਨਾਂ ਨੇ ਇੱਕ ਮੁੱਦਾ ਚੱਕਿਆ, ਗਊ ਗਾਂ ਮੈਸ ਬੱਕਰੀ ਮੰਦਰ ਮਸਜਿਦ ਹੋਰ ਗੱਲਾਂ ਕਰਦੇ ਡਿਜੀਟਲ ਇੰਡੀਆ ਦੀਆਂ, ਇਹ ਕਿੱਥੇ ਬੁਲਟ ਟ੍ਰੇਨ, ਕਿੱਥੇ 15 ਲੱਖ ਰੁਪਇਆ, ਕਿੱਥੇ 100 ਦੇ ਨਾਲ ਕਾਲਾ ਧਨ। ਮਾਨ ਸਾਹਿਬ, ਇੱਕ ਅੱਜ ਖਬਰ ਆ ਰਹੀ ਹੈ ਕਿ ਜਿਹੜਾ 100 ਰੁਪਏ ਦਾ ਨੋਟ ਉੱਤੇ ਵਾਜਪਾਈ ਦੀ ਫੋਟੋ ਲਾ ਕੇ ਉਹ ਜਾਰੀ ਕੀਤਾ ਜਾਊਗਾ? ਤੈਨੂੰ ਤਾਂ ਕੋਈ ਪਤਾ ਨਹੀਂ ਜੀ, ਇਹ ਤਾਂ ਮੁਲਕ ਦਾ ਨਾਂ ਨਾ ਬਦਲਦੇ ਨੇ। ਵੈਸੇ ਕਰੰਸੀ ਹੈ ਜਿਹੜੀ ਸਾਡੀ 100 ਰੁਪਏ ਦੀ ਸਿਰਫ ਐਕਸੈਪਟ ਕਰਨੀ, ਬਾਕੀ ਕਹਿੰਦੇ 2000 ਦਾ ਨੋਟ 500 ਦਾ ਨੋਟ ਹੈ ਜਿਹੜਾ ਉਹ ਨਹੀਂ ਐਕਸੈਪਟ ਕੀਤਾ ਜਾਊਗਾ। ਤੁਸੀਂ ਦੇਖੋ ਨੇਪਾਲ ਵਰਗੇ ਛੋਟੇ ਛੋਟੇ ਮੁਲਕ ਵੀ ਧਮਕੀਆਂ ਦੇਣ ਨੂੰ ਆ ਗਏ, 2200 ਕਰੋੜ ਰੁਪਇਆ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ 'ਤੇ ਲੱਗ ਗਿਆ। ਕੀ ਖੱਟਿਆ ਜੀ, ਕੋਈ ਆਇਆ 1 ਰੁਪਈਆ ਵੀ ਇਨਵੈਸਟਮੈਂਟ ਆਈ ਕਿਸੇ ਕੰਟਰੀ 'ਚੋਂ? ਨਾ, ਜਾਣ ਸਾਰ ਜੱਫੀ ਪਾ ਲੈਂਦਾ ਉਹ, ਉਹਨਾਂ ਦੀਆਂ ਪਸੜੀਆਂ ਮਸਲਤੀਆਂ ਬਾਹਰਲੇ ਮੁਲਕਾਂ ਦੇ ਰਾਸ਼ਟਰਪਤੀਆਂ ਦੀਆਂ।